ਮੈਂ ਚੱਕਰ ਆ ਮੇਰੀ ਕੁਝ ਹਫਤੇ ਕੁ ਤੱਕ ਫਲੈਟ ਏ, ਕੁਝ 6 ਮਹੀਨਿਆਂ ਤੱਕ ਫੇਰ ਮੈਂ ਆ ਜਾਣਾ ਯਾਰ। ਲਿਆਓ ਜਿਹੜਾ ਨਾ ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਨਾ ਗਰੋ ਕਰੀਏ ਨਸਲਾਂ ਨੂੰ, ਨਸਲ ਬਣਾ ਤੀ ਕਬੂਤਰਾਂ ਦੇ ਵਿੱਚ। ਉਹ ਕਬੂਤਰ ਨੇ ਪਿੱਛੋਂ ਪੂਛੇ ਲੈ ਮੂੰਹ ਚੁੰਝ ਵੀ ਹੈ, ਲੇਕਿਨ ਹੈ ਕੁੱਕਰਾਂ ਤਰ੍ਹਾਂ ਦੇ। ਉਹ ਨਾ ਕਲਾਸ ਮਾਰਿਆ ਉਹਨਾਂ ਨੂੰ ਕਿੰਜ ਕੀ ਕਲਾਸ ਕੀ ਮਤਲਬ? ਉਹ ਅੱਜ ਕੱਲ ਵੇਖੋ ਨਾ ਇਨਸਾਨ ਦੇ ਅੱਗੇ ਕੁੱਤੇ ਦਾ ਮੂੰਹ ਲਾ ਦਿੰਦੇ। ਅੱਛਾ ਅੱਛਾ, ਉਹ ਨਸਲ ਬੜੀ ਚੱਲੀ, ਯਾਨੀ ਕਿ ਡਿਊਟਿੰਗ ਡੂਟਿੰਗ ਹੋ ਰਹੀ ਹੈ। ਹਾਂਜੀ ਸਹੀ ਹੋ ਗਿਆ, ਇਨਸ਼ਾਅੱਲਾ ਬਿਜ਼ਨਸ ਫਿਟਿੰਗ ਕਰ ਰਹੇ ਆ ਤੇ ਇਹਨਾਂ ਦੀ ਸੇਲ ਪਰਚੇਜ਼ ਦੇ ਬਾਰੇ ਜਿਹੜਾ ਨਾ ਕੁਝ ਸੋਚਨੇ ਆ, ਬਿਜ਼ਨਸ ਕਰਨਾ ਆ ਕਿ ਉਸਤਾਦ ਜੀ ਤੁਸੀਂ ਸੇਲ ਕੁਝ ਨਹੀਂ ਕਰਦੇ, ਤੁਸੀਂ ਆਵਾਮ ਨੂੰ ਮੁਫਤ ਵੰਡੀ ਜਾਂਦੇ ਹੋ, ਮੈਂ ਤੁਹਾਡੀਆਂ ਵੀਡੀਓ ਵੇਖਦਾ ਹਾਂ। ਯਾਰ ਕੀ ਕਰੀਏ, ਪਿਆਰ ਵਾਲੇ ਬੜੇ ਨੇ, ਜਿਵੇਂ ਤੁਸੀਂ ਪਿਆਰ ਵਾਲੇ ਵਾਲੇ ਪਿਆਰ ਤੇ 6-6 ਲੱਖ ਦਾ ਕਬੂਤਰ ਆ ਵੀ ਆਵਾਮ ਨੂੰ ਵੰਡ ਛੜਿਆ ਇਹ ਮੈਂ ਵੇਖਦਾ ਵਾਂ। ਪਰ ਹਾਲ ਪਰਸੋਂ ਉਸਤਾਦ ਨਾਲ ਦੋ ਬੱਚੇ ਭੇਜੇ ਨੇ ਅਹਿਮਦ ਭਾਈ ਨੂੰ, ਬੜਾ ਸੋਹਣਾ ਬੱਚਾ ਨਾ, ਹਾਂ ਲੱਖਾਂ ਬੱਚਾ ਬੋਤਾ। ਚਲੋ ਏ ਬਾਹਰ ਨਿਕਲੋ ਬੁਆ, ਇਹ ਦੇਖੋ ਨਾ ਹੁਣ ਬਾਲ ਨੇ ਛੋਟੇ ਛੋਟੇ ਸ਼ਗਿਰਦ ਤਿਆਰ ਹੋ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਜਿਹੜਾ ਨਾ ਆਈਏ। ਯਾਰ ਗੱਡੀ ਚ ਬੋਵਾ ਚੱਲ ਕੇ, ਯਾਰ ਗੱਡੀ ਦੀ ਚਾਬੀ ਦੋ ਇਹਨਾਂ ਨੂੰ ਦਿਓ ਦਿਓ ਜਿਸ਼ਾਨ ਭਾਈ ਜੀ, ਇਟਲੀ ਵਾਲੇ ਗੱਡੀ ਦੀ ਚਾਬੀ ਲੈ ਲਓ ਭਾਈ ਅੰਦਰ ਪਈਏ, ਠਹਿਰ ਕੇ ਫੜ ਕੇ ਦਿੰਦੇ ਆ ਯਾਰ, ਤੁਸੀਂ ਵੀਡੀਓ ਬਣਾਓ ਜਿਸ਼ਾਨ ਭਾਈ ਜੀ। ਅਸੀਂ ਨਸਲ ਗਏ ਸੀ ਕੱਦ ਦਾ ਬਣਾ ਦੇ, ਇਹ ਕੱਦ ਤੇ ਨਾ ਪਸੰਦ ਆਇਆ ਵੇਖੋ ਜੀ। ਨਿਸ਼ਾਨ ਭਾਈ ਸਾਰੇ ਕਬੂਤਰ ਨੇ ਡਾਂ ਨਾ ਦੇ ਆਏ, ਤੁਹਾਡੀ ਮਿਹਰਬਾਨੀ ਆ ਵੇਖੋ। ਕੋਈ ਟੈਨਸ਼ਨ ਨਹੀਂ, ਡਾਂ ਘਰ ਜਾਣੇ ਨੇ ਕਬੂਤਰ ਨੇ ਕਿੱਥੇ ਜਾਣਾ। ਨਿਸ਼ਾਨ ਭਾਈ ਆ ਵੇਖੋ ਗੰਦ ਪਾਤਾ ਇਹਨੇ, ਕੋਈ ਗੱਲ ਨਹੀਂ ਕਬੂਤਰ ਹੀ ਪਾਦੇ ਨੇ ਗੰਦ, ਗੰਦਾ ਇਹਨਾਂ ਦੀ ਗੰਦ ਚ ਕੁਝ ਬੋ ਹੁੰਦੀ ਹੈ। ਅੱਛਾ ਅੱਛਾ, ਇਹ ਗੰਦ ਨਹੀਂ ਹੈ, ਫਿਰ ਕੀ ਹੈ? ਇਹ ਮਬਤਾ ਹੁੰਦੀਆਂ ਨੇ ਸੱਚ, ਮਬਤਾ ਬਾਂਟਣ ਆਏ ਨੇ ਸਾਰੇ। ਫੋਨ ਕਿਹ ਗਿਆ ਭਾਈ, ਇਹ ਦਰਵਾਜ਼ਾ ਨਾ ਖੋਲਣਾ, ਇਹ ਵੇਖਿਆ ਬਹਿ ਗਿਆ ਬਸ, ਸ਼ਾਲਾ ਕਰਦੀ ਦੇਰ ਹੁੰਦੀ ਇਹਦੇ ਥੱਲੇ ਬਹਿ ਜਾਂਦਾ। ਤਾਜੀ ਦੂਸਰਾ ਕੱਢੋ ਬਾਹਰ, ਦੂਸਰਾ ਕੱਢਣਾ, ਇਹਨਾਂ ਕਿਧਰੇ ਨਹੀਂ ਜਾਣਾ, ਇਹਨਾਂ ਵਾਪਸ ਹੀ ਜਾਣਾ। ਇਹ ਭਾਵੇਂ ਚੌਥੇ ਮਹੱਲੇ ਤੋਂ ਜਾ, ਇਹ ਚੈੱਕ ਕਰਿਆ ਇਹ ਭਾਈ ਨੂੰ ਡਾਲ ਲੱਗੇ ਬਹਿ ਗਿਆ ਨਾ ਥੱਲੇ। ਤਾਜੀ ਤੁਹਾਡੇ ਸ਼ਾਇਦ ਨੱਚਦੇ ਵੀ ਖੈਰ ਹੀ, ਇਹਨਾਂ ਨੂੰ ਪੂਰਾ ਇੱਕ ਮਹੀਨਾ ਲਾ ਕੇ ਮਿਹਨਤ ਕੀਤੀ ਹੈ, ਫਿਰ ਕਿਧਰੇ ਜਾ ਕੇ ਛਾੜਿਆਂ ਤੇ ਨੱਚਣ ਲੱਗੇ ਜੀ। ਇਹ ਉਸਤਾਦ ਲਾਲ ਜੀ ਤੁਸੀਂ ਇਹਦੀ ਅੱਗੋਂ ਨਸਲ ਵਧਾਣੀ ਹੈ ਇਨਸ਼ਾਅੱਲਾ, ਤੇ ਸਾਡੇ ਵੀ ਵਾਲ ਨੂੰ ਵੀ ਗਿਫਟ ਦੇਣਾ ਹੈ ਇਨਸ਼ਾਅੱਲਾ। ਗਿਫਟ ਤੁਹਾਨੂੰ ਪਤਾ ਨਾਲ ਨਾਲ ਚ ਗਿਵ ਅਵੇ ਹੁੰਦਾ, ਤੇ ਜਰਾ ਨਾ 100-200 ਵਾਲੇ ਕਬੂਤਰ ਗਿਫਟ ਕਰਿਆ ਕਰੋ, ਤੁਸੀਂ 6-6 ਲੱਖ ਵਾਲੀਆਂ ਜੋੜੀਆਂ ਦੇ ਦਿੰਦੇ ਹੋ, ਕੰਮ ਨਹੀਂ ਚੱਲਦਾ ਹੈ ਯਾਰ। ਕੀ ਕਰੀਏ ਹੁਣ, ਸਾਡੇ ਕੋਲ 100-200 ਵਾਲੇ ਨਹੀਂ ਆ, ਸਾਡੇ ਕਬੂਤਰਾਂ ਦਾ ਲੈਵਲ ਹੈ। ਉਹ ਬਾਹਰੋਂ ਪਰਚੇਜ਼ ਕਰਕੇ 50-50 ਵਾਲੇ ਕਬੂਤਰ ਦਵੋ ਆਵਾਮ ਨੂੰ, ਤੁਸੀਂ ਕੀ ਕਰ ਰਹੇ ਹੋ? ਉਸਤਾਦ ਹਰੀ ਤਾਂ ਵੱਡੇ ਕਬੂਤਰ ਦਿੰਦੇ ਨੇ ਜਿਸ਼ਾਨ ਭਾਈ, ਗੱਲ ਪਤਾ ਕੀ ਹੈ? ਉਸਤਾਦ ਆਂਦੇ ਨੇ ਜਿੱਥੇ ਕਬੂਤਰ ਜਾਏ ਨਾਮ ਨਿਕਲਿਆ ਸਾਡਾ, ਪਤਾ ਲੱਗੇ ਕਿ ਉਸਤਾਦੋਂ ਕੇ ਉਸਤਾਦ, ਉਸਤਾਦ ਬਦਾਲ ਨੇ ਕੋਈ ਚੀਜ਼ ਗਿਫਟ ਭੇਜੀ ਹੈ। ਉਸਤਾਦ ਹਰਾ ਦੇ ਕਬੂਤਰ ਦੀ ਇੱਕ ਗੱਲ ਹੈ ਵੇ, ਪੂਰੀ ਬਾਰੀ ਜਿੱਤ ਗਿਆ ਹੁੰਦਾ ਹੈ। ਉਸਤਾਦ ਹਰਾ ਨੇ ਪਿਛਲੇ ਦਿਨਾਂ ਗੱਲ ਸੁਣਾਈ ਮੈਨੂੰ, ਮੈਂ ਪੂਰੀ ਰਾਤ ਸੋਚਦਾ ਰਿਹਾ। ਉਸਤਾਦ ਹਰੀ ਆਂਦੇ ਨੇ ਸਾਡਾ ਇੱਕ ਕਬੂਤਰ ਟੁੱਟ ਗਿਆ ਚੰਦ ਦੇ, ਉਹ ਠੀਕ 1.5 ਸਾਲ ਬਾਅਦ ਬਾਜੀ ਲੱਗੀ ਸੀ ਉਸਤਾਦ ਹਰਾਂ ਦੀ। ਉਸਤਾਦ ਹਰਾਂ ਨੇ 7 ਕਬੂਤਰ ਡਾਏ ਸਨ, ਉਸਤਾਦ ਹਰਾਂ ਦਾ ਧਿਆਨ ਪਿਆ ਤੇ ਸਮਾਨ ਨਾਲ ਤੇ 7 ਲੱਗੇ ਹਨ। ਉਹ ਜਦੋਂ ਆ ਕੇ ਬੈਠੇ ਤੇ ਮੁਨਸਬ ਦੇ ਰੋਲਾ ਪਾਤਾ, ਉਸਤਾਦ ਹਰਾਂ ਦੇ ਕਬੂਤਰ ਨਹੀਂ ਹੈ ਇਹ, ਤੇ ਜਿਹੜੇ ਸਵੇਰੇ ਡਾਏ ਨੇ ਉਹ ਹੈ ਨਹੀਂ। ਉਹ ਬਾਅਦ ਚੋਂ ਰੋਲੇ ਪੈ ਪਵਾ ਕੇ ਲੜਾਈਆਂ ਤੇ ਗੱਲ ਪਾਉਣ ਗਈ, ਬਾਅਦ ਚੋਂ ਪਤਾ ਲੱਗਾ ਇਹ ਜਿਹੜੇ ਚੰਦ ਦੇ ਕਬੂਤਰ ਟੁੱਟ ਗਏ ਸਨ ਇਹ ਤੇ ਉਹ ਆਏ ਨੇ। ਉਸਤਾਦ ਜੀ ਦੋਂਦੇ ਨਸਲ ਸੀ ਤੇ ਉਹ ਬੜਾ ਹੀ ਮਾਮਲਾ ਖਰਾਬ ਰਹੇ ਨੇ ਬੰਦੇ ਨੂੰ ਨਾ। ਮੈਂ ਉਹਦੀ ਵੀਡੀਓ ਵੇਖਣ ਦਿਆਂ, ਤੁਸੀਂ ਗਿਫਟ ਕੀਤੀ ਹੈ ਜੋੜੀ, ਉਹਨੇ ਨਾ ਪੂਰੀ ਹਵੇ ਤਰੀਕੇ ਦੀ ਪਾਲੀ ਹੈ,
ਪੂਰੇ ਟੇਮ ਕੀਤੇ ਨੇ ਆਪਣੇ ਤੇ ਉਹ ਤਕਰੀਬਨ 10 ਕਰੋੜ ਦੀ ਬਾਜੀ ਜਿੱਤਿਆ ਤੁਹਾਡੇ ਕਬੂਤਰ ਨਾਲ ਭਾਜੀ। ਹੁਣ ਕੀ ਕਰੀਏ, ਲੋਕੀ ਜੋ ਜਿੱਤਦੇ ਨੇ ਨਾ ਫਿਰ ਸਾਡਾ ਵੀ ਹਿੱਸਾ ਰੱਖਦੇ ਨੇ, ਲੇਕਿਨ ਅਸੀਂ ਹਿੱਸਾ ਨਹੀਂ ਲੈਂਦੇ ਕਿਉਂਕਿ ਅਸੀਂ ਇੱਕ ਦਮ ਜੋ ਗਿਫਟ ਦੇ ਦਿੱਤਾ ਨਾ ਅਸੀਂ ਸਾਡੇ ਮੂਡ ਲੱਥ ਗਿਆ ਮਾਲ ਲੱਥ ਗਿਆ। ਓਕੇ ਜੀ ਉਸਤਾਦ ਨਾਲ ਬੜੀ ਵੱਡੀ ਵੀਡੀਓ ਗੱਲ ਕਰ ਛੱਡੀ ਹੈ ਵੀਡੀਓ ਵਿੱਚ, ਅਗਲੀ ਵੀਡੀਓ ਹੀ ਮਿਲਾਂਗੇ, ਉਹਨਾਂ ਤੱਕ ਵਾਸਤੇ ਰੱਬ ਰਾਖਾ।